ਹੁਸ਼ਿਆਰਪੁਰ ਦੇ ਚੱਬੇਵਾਲ ਦੇ ਪਿੰਡ ਨਸਰਾ ਵਿਖੇ ਪਿਛਲੇ ਕੁਝ ਦਿਨ ਪਹਿਲਾਂ ਪਏ ਲਗਾਤਾਰ ਭਾਰੀ ਮੀਂਹ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਘਰ ਦੇ ਮਾਲਕ ਕਰਮਚੰਦ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਪਏ ਲਗਾਤਾਰ ਭਾਰੀ ਮੀਂਹ ਦੇ ਕਾਰਨ ਉਹਨਾਂ ਦੇ ਘਰ ਦੀ ਛੱਤ ਡਿੱਗ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਦੇ ਵਿਆਹ ਲਈ ਕੁਝ ਸਮਾਨ ਵੀ ਇਕੱਠਾ ਕੀਤਾ ਸੀ ਜੋ ਕਿ ਛੱਤ ਡਿੱਗਣ ਦੇ ਕਾਰਨ ਟੁੱਟ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰੇ ਦੀ ਦੀਵਾਰਾਂ ਉੱਤੇ ਵੀ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਨਾਮ ਮੇਰਾ ਕਰਮਚੰਦ ਹੈ ਜੀ, ਪਿੰਡ ਨਸਰਾਂ ਦਾ ਮੈਂ ਰਹਿਣ ਵਾਲਾ ਹਾਂ ਜੀ, ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ। ਇਸ ਕਰਕੇ ਮੈਂ ਜਦੋਂ ਮੀਂਹ ਪੈਣ ਲਿਆ ਹੈ ਜੀ, 6-5 ਦਿਨ ਹੋ ਗਏ ਆ, ਉਸ ਕਰਕੇ ਇਹ ਜਿਹੜੇ ਆ ਛੱਤ ਡਿੱਗ ਪਈ ਆ ਜੀ ਸਾਡੀ। ਅਸੀਂ ਇਹਦੇ ਇੱਥੇ ਰਹਿ ਸੁੱਤੇ ਹੋ ਸਕੇ ਜੀ ਪਰ ਸਵੇਰ ਨੂੰ, ਅਤੇ ਮੀਂਹ ਪੈਣ ਡਿਆ ਸੀ ਇਸ ਟਾਈਮ 'ਤੇ, ਅਤੇ ਇਸ ਕਰਕੇ ਅਸੀਂ ਦਰਾਂ ਦੇ ਮੂਹਰੇ ਆਣ ਕੇ ਅਸੀਂ ਮਾੜਾ ਜਿਹਾ ਖੜ੍ਹੇ ਸੀ ਅਤੇ ਜਦ ਛੱਤ ਗਿਰ ਗਈ ਜੀ। ਕੋਈ ਨੁਕਸਾਨ ਨੁਕਸਾਨ ਸਾਡਾ ਜਿਹੜਾ ਕੁੜੀ ਦਾ ਦਾਜ ਬਣਾਇਆ ਸੀਗਾ ਜੀ, ਸੁੱਖੜਾ ਜਿਹਾ, ਉਹ ਵੀ ਵਿੱਚ ਗਿਰ ਗਿਆ, ਦੱਬ ਹੋ ਗਿਆ, ਅਤੇ ਜਿਹੜਾ ਮੰਜੇ 'ਤੇ ਸਾਡੇ ਪੀੜੇ ਸੀ ਉਹ ਵੀ ਵਿੱਚ ਦੱਬ ਹੋ ਗਏ, ਅਤੇ ਇਸ ਕਰਕੇ ਸਾਡਾ ਮਦਦ ਕੀਤੀ ਜਾ ਰਹੀ। ਕਿੰਨੇ ਮੈਂਬਰ ਇੱਥੇ ਰਹਿੰਦੇ ਆ ਜੀ? ਮੈਂਬਰ 4-5 ਜਣੇ ਆ ਜੀ। ਤੁਹਾਡੇ ਕੋਲ ਹੋਰ ਵੀ ਕੋਈ ਕਮਰਾ ਆ? ਹੋਰ ਕਮਰਾ ਜੀ, ਇੱਕ ਨਾਲ ਦਾ ਕਮਰਾ ਉਹ ਵੀ ਡਿੱਗਣ ਵਾਲਾ ਜੀ ਆ ਜੀ, ਉਹਦਾ ਵੀ ਧੱਕਾ ਪੈ ਕੇ ਕੰਮ ਹੋ ਗਿਆ ਜੀ, ਉਹਦਾ ਛੱਤਾਂ ਪਾਟ ਗਈਆਂ ਜੀ ਉਹਦੀਆਂ। ਹਾਂਜੀ, ਜਿਹੜਾ ਨਾਲ ਦਾ ਕਮਰਾ ਜੀ ਉਹਦੀਆਂ ਵੀ ਤੇੜਾਂ ਆ ਗਈਆਂ ਜੀ, ਅਤੇ ਉਹ ਵੀ ਡਿੱਗਣ ਵਾਲਾ ਹੀ ਆ ਇਸ ਵੇਲੇ, ਅਤੇ ਅਸੀਂ ਇਹ ਕਰਕੇ ਤੁਹਾਡੇ ਮਹਾਰਾਜ ਕੋਲ ਅਸੀਂ ਮੰਗਦੇ ਹਾਂ ਜੀ, ਤੁਹਾਡੇ ਕੋਲ ਵੀ ਇਹ ਮੰਗਦੇ ਹਾਂ ਵੀ ਸਾਡੀ ਮਦਦ ਕੀਤੀ ਜਾਵੇ, ਅਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਇਹ ਜਿਹੜਾ ਨੁਕਸਾਨ ਹੋਇਆ ਜੀ ਇਹ ਤੁਹਾਡੇ ਸਾਹਮਣੇ ਹੀ ਆ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਸੋ ਇੰਨਾ ਕੁ ਇਹਨਾਂ ਦਾ ਨੁਕਸਾਨ ਹੋ ਗਿਆ, ਕੋਈ ਇਹਨਾਂ ਨੇ ਸਮਾਨ ਬਣਾ ਕੇ ਰੱਖਿਆ ਸੀ ਆਪਣੀ ਬੇਟੀ ਦੇ ਦਾਜ ਵਾਸਤੇ, ਉਹ ਵੀ ਥੱਲੇ ਦੱਬ ਹੋ ਗਿਆ, ਹੋਰ ਵੀ ਸਾਰਾ ਕੀਮਤੀ ਸਮਾਨ ਇਹਨਾਂ ਦਾ ਜਿਹੜਾ ਦੱਬ ਹੋ ਗਿਆ। ਇੰਨਾ ਸ਼ੁਕਰ ਕਰਦੇ ਮਾਲਕ ਦਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੋ ਕਿਉਂਕਿ ਇਹ ਮਾੜਾ ਜਿਹਾ ਕਮਰੇ 'ਚੋਂ ਬਾਹਰ ਨਿਕਲੇ, ਨਾਲ ਇਹ ਕਮਰਾ ਦਰਾਮ ਦਣੀ ਥੱਲੇ ਡਿੱਗਿਆ। ਸੋ ਤੁਸੀਂ ਦੇਖ ਸਕਦੇ ਆ ਆਹ ਮੰਜੇ ਦੇ ਉੱਪਰ ਜਦੋਂ ਗਾਡਰ ਡਿੱਗਿਆ, ਇਹ ਮੰਜੇ ਦੇ 3-4 ਟੋਟੇ ਹੋ ਗਏ। ਸੋ ਇੰਨੀ ਕੁ ਇਹ ਬੇਨਤੀ ਕਰਦੇ ਹਾਂ ਜੀ ਸਰਕਾਰ ਅੱਗੇ, ਇਹਨਾਂ ਗਰੀਬਾਂ ਦੀ ਵਿਚਾਰਿਆਂ ਦੀ ਮਦਦ ਕੀਤੀ ਜਾਵੇ। ਸੋ ਇਹਨਾਂ ਦੀ ਛੱਤ ਪਵਾ ਕੇ ਦਿੱਤੀ ਜਾਵੇ ਜੀ, ਇਹੀ ਮੰਗ ਕਰਦੇ ਹਾਂ ਜੀ। ਠੀਕ ਹੈ। ਸਾਡੇ ਜੀ 2 ਮਕਾਨ ਆ, 2 ਫੈਮਿਲੀਆਂ ਸੀ, ਸਾਰੇ ਮਕਾਨ ਸਾਡੇ ਜੋ ਕੇ ਡਿੱਗ ਗਏ ਆ। 3-4 ਦਿਨ ਮਕਾਨ 'ਚ ਮੀਂਹ ਪੈਂਦਾ ਰਿਹਾ, ਵਿੱਚੇ ਚੌਂਦੇ ਰਹੇ ਆ, ਪਾਣੀ ਬਹੁਤ ਚੱਲਦਾ ਸਾਡੇ ਲਾਗੇ, ਖਾਰ ਪੈ ਪਾ ਕੇ ਸਾਰੀਆਂ ਵੱਟਾਂ ਡਿੱਗ ਗਈਆਂ ਆ। ਹੋਰ ਜੀ ਇੰਨੀ ਕੁ ਬੇਨਤੀ ਆ ਸਾਡੀ, ਮਕਾਨਾਂ ਸਾਡਿਆਂ ਦਾ ਦੇਖਭਾਲ ਕਰੋ ਤੁਸੀਂ ਕੁਝ।